ਬਠਿੰਡਾ ਅੰਮ੍ਰਿਤਸਰ ਰੋਡ ਤੇ ਝੀਲਾਂ ਕੋਲ ਇੱਕ ਨਿੱਜੀ ਬੱਸ ਕਾਰ ਅਤੇ ਸਕੂਟਰ ਦੀ ਟੱਕਰ ਵਿੱਚ ਸਕੂਟਰ ਸਵਾਰ ਪਤੀ ਪਤਨੀ ਜ਼ਖਮੀ ਹੋ ਗਏ, ਜਦਕਿ ਉਹਨਾਂ ਦੀ 7 ਸਾਲਾ ਬੱਚੀ ਦੀ ਮੌਤ ਹੋ ਗਈ। ਮ੍ਰਿਤਕ ਬੱਚੀ ਦੀ ਪਹਿਚਾਣ ਚਾਹਤ ਸ਼ਰਮਾ ਵਜੋਂ ਹੋਈ ਹੈ, ਜਦਕਿ ਜ਼ਖਮੀ ਪਤੀ ਪਤਨੀ ਦੀ ਪਹਿਚਾਣ ਰਿਤੇਸ਼ ਸ਼ਰਮਾ ਅਤੇ ਰਿੰਪੀ ਸ਼ਰਮਾ ਵਜੋਂ ਹੋਈ ਹੈ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਬਠਿੰਡਾ ਦੇ ਸ਼ਹੀਦ ਭਾਈ ਮਨੀ ਸਿੰਘ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸੰਬੰਧੀ ਸਥਾਨਕ ਲੋਕਾਂ ਨੇ ਦੱਸਿਆ ਕਿ ਇਸ ਰੋਡ ਤੇ ਪਹਿਲਾਂ ਵੀ ਕਈ ਹਾਦਸੇ ਹੋ ਚੁੱਕੇ ਹਨ, ਕਿਉਂਕਿ ਇਸ ਰੋਡ ਤੇ ਗੱਡੀਆਂ ਕਾਫੀ ਸਪੀਡ ਨਾਲ ਆਉਂਦੀਆਂ ਹਨ। ਕੋਲ ਮਤਲਬ 11:30 ਦੇ ਕਰੀਬ ਆਏ ਸੀਗੇ ਅਤੇ ਉੱਥੇ ਇੱਕ ਫੀਮੇਲ ਸੀਗੀ, ਨਾਲ ਉਹਨਾਂ ਦੀ ਬੱਚੀ ਸੀਗੀ। ਬੱਚੀ ਤਾਂ ਬਰੋਡ ਡੈਡੀ ਸੀਗੀ, ਉਹਨਾਂ ਤਾਂ ਕਾਫੀ ਬੱਚੀ ਦੇ ਹੈੱਡ ਇੰਜਰੀਸ ਵਗੈਰਾ ਸੀਗੀਆਂ, ਉਸ ਕਰਕੇ ਉਹਨਾਂ ਦਾ ਡੈਥ ਹੀ ਹੋ ਗਈ, ਰਸਤੇ 'ਚ ਹੀ ਹੋ ਗਈ ਹੋਣੀ ਹੈ। ਅਤੇ ਮਦਰ ਹੈਗੇ, ਮਦਰ ਸਟੇਬਲ ਹੋਣੀ। ਇਹ ਜਿਹੜਾ ਹਾਦਸਾ ਹੋਇਆ ਜੀ, ਨਿਊ ਦੇ ਬੱਸ ਜਿਹੜੀ ਹੈਗੀ ਹੈ ਬਹੁਤ ਉਹ ਤੇਜ਼ ਰਫ਼ਤਾਰ ਅਤੇ ਲਾਪਰਵਾਹੀ ਨਾਲ ਆਈ ਹੈ, ਉਹਦੇ ਕਰਕੇ ਹੋਇਆ। ਸੈਕਿੰਡਲੀ ਇਹਦਾ ਰੀਜ਼ਨ ਆਪਾਂ ਇਹ ਕਹਿ ਵੀ ਸਕਦੇ ਹਾਂ ਕਿ ਸਾਈਡ 'ਤੇ ਸਲਿਪ ਰੋਡ ਨੈਸ਼ਨਲ ਹਾਈਵੇ ਵਾਲਿਆਂ ਨੇ ਬਣਾਈ ਨਹੀਂ। ਜੇ ਉਸ ਸਾਈਡ 'ਤੇ ਸਲਿਪ ਰੋਡ ਬਣੀ ਹੁੰਦੀ ਤਾਂ ਉੱਥੋਂ ਵੀ ਲੋਕ ਈਜ਼ਲੀ ਲੰਘ ਸਕਦੇ ਆ, ਤਾਂ ਜਦੋਂ ਸੁੱਚਾ ਸਿੰਘ ਨਗਰ ਤੋਂ ਲੋਕ ਆਉਂਦੇ ਆ ਤਾਂ ਇਹ ਵੀ ਬੜੀ ਦਿੱਕਤ ਆਉਂਦੀ ਹੈ। ਤਾਂ ਕੁਛ ਇਹ ਨਗੈਲੀ ਦੀ ਨਿਊ ਦੀ ਬੱਸ ਵਾਲਿਆਂ ਦੀ ਵੀ ਹੈਗੀ ਆ ਅਤੇ ਕੁਛ ਇਹ ਨੈਸ਼ਨਲ ਹਾਈਵੇ ਵਾਲਿਆਂ ਦੀ ਵੀ ਹੈਗੀ ਆ, ਵੀ ਉਹਨਾਂ ਨੇ ਉੱਥੇ ਸਲਿਪ ਰੋਡ ਨਹੀਂ ਬਣਾਈ, ਤਾਂ ਜਿਸ ਕਰਕੇ ਪਹਿਲਾਂ ਵੀ ਕਾਫੀ ਹਾਦਸੇ ਵਾਪਰ ਚੁੱਕੇ ਆ ਜੀ, ਤਾਂ ਹੁਣ ਵੀ ਹਾਦਸੇ ਦਿਨ ਬਾਏ ਦਿਨ ਵਾਪਰ ਰਹੇ ਆ। ਅਤੇ ਮਤਲਬ ਸਾਡੇ ਸੁੱਚਾ ਸਿੰਘ ਨਗਰ ਤੋਂ ਸੀਗੇ ਜੀ ਇੱਕ ਰਿੰਪੀ ਸ਼ਰਮਾ ਜੀ, ਉਹ ਆਪਣੀ ਬੱਚੀ ਦੇ ਨਾਲ ਸੁੱਚਾ ਸਿੰਘ ਨਗਰ ਤੋਂ ਬਾਜ਼ਾਰ ਨੂੰ ਕੋਈ ਕੰਮ ਆ ਰਹੇ ਸੀਗੇ ਜੀ, ਤਾਂ ਉਹ ਜਦੋਂ ਰੋਡ ਚੜ੍ਹ ਕੇ ਆ ਗਏ ਜੀ ਉੱਪਰ, ਤਾਂ ਪਿਛਲੇ ਪਾਸੇ ਨਿਊ ਦੀਪ ਦੀ ਬੱਸ ਆਉਂਦੀ ਸੀ ਬਹੁਤ ਤੇਜ਼ ਰਫ਼ਤਾਰ ਨਾਲ ਜੀ, ਉਹਨਾਂ ਨੇ ਲਿਆ ਕੇ ਇੱਕ ਮਤਲਬ ਕਾਰ ਦੇ ਵਿੱਚ ਮਾਰੀ ਜੀ, ਅਤੇ ਕਾਰ ਇਹ ਸਕੂਟਰੀ ਦੇ ਵਿੱਚ ਵੱਜੀ, ਸਕੂਟਰੀ ਕਾਰ ਅਤੇ ਬੱਸ ਦੇ ਵਿਚਾਲੇ ਆ ਗਈ, ਤਾਂ ਬੱਚੀ ਦੀ ਉੱਥੇ ਡਿੱਗਣ ਕਰਕੇ ਜੀ ਮਤਲਬ ਮੌਤ ਹੋ ਗਈ। ਬੱਸ ਦੇ ਥੱਲੇ ਬੱਚੀ ਦਾ ਸਿਰ ਆ ਗਿਆ ਜੀ, ਬੱਚੀ ਕੁਛ ਨਹੀਂ ਗਈ।